ਮਾਨਯੋਗ SSP ਸਾਹਿਬ ਬਠਿੰਡਾ ਅਤੇ ਮਾਨਯੋਗ SPD ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਨਸ਼ਿਆਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ CA ਸਟਾਫ 2 ਦੀ ਪੁਲਿਸ ਪਾਰਟੀ ਵੱਲੋਂ 2 ਵਿਅਕਤੀਆਂ ਨੂੰ ਜਿਹੜਾ ਸ਼ੱਕ ਦੀ ਬਨਾਹ 'ਤੇ ਰੋਕ ਕੇ ਚੈੱਕ ਕੀਤਾ ਗਿਆ ਸੀ, ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਸਾਨੂੰ 7800 ਜਿਹੜੀਆਂ ਨਸ਼ੀਲੀਆਂ ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਸੀ, ਜਿਨ੍ਹਾਂ ਦੇ ਖਿਲਾਫ ਅਸੀਂ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 82 ਥਾਣਾ ਕਨਾਨ ਕਲੋਨੀ ਦੇ ਵਿੱਚ ਜਿਹੜਾ ਦਰਜ ਰਜਿਸਟਰ ਕੀਤਾ। ਇਹਦੇ ਵਿੱਚ 2 ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ, ਰਵੀ ਕੁਮਾਰ ਉਰਫ ਰਵੀ ਅਤੇ ਦੂਸਰਾ ਹੈਗਾ ਜੀ ਕਮਲੇਸ਼ ਕੁਮਾਰ ਉਰਫ ਜਲੇਬੀ। ਜਿਹੜਾ ਰਵੀ ਕੁਮਾਰ ਹੈਗਾ ਜੀ ਇਹਦੇ ਖਿਲਾਫ ਜਿਹੜਾ ਪਹਿਲਾਂ ਵੀ ਇੱਕ NDPS ਦਾ ਪਰਚਾ ਥਾਣਾ ਨਥਾਣਾ ਦੇ ਵਿੱਚ ਦਰਜ ਰਜਿਸਟਰ ਹੈਗਾ। ਬਾਕੀ ਅਸੀਂ ਇਹਨਾਂ ਦੀ ਡੂੰਘਾਈ ਨਾਲ ਜਿਹੜੀ ਇਹ ਜਾਂਚ ਪੜਤਾਲ ਕਰ ਰਹੇ ਹਾਂ, ਇਹ ਨਸ਼ੀਲੀਆਂ ਗੋਲੀਆਂ ਜਿਹੜੀਆਂ ਕਿੱਥੋਂ ਲੈ ਕੇ ਆਏ ਸੀ। ਜੋ ਇਹਨਾਂ ਦਾ ਇੱਕ ਦਿਨ ਦਾ ਜਿਹੜਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ, ਪੁਲਿਸ ਰਿਮਾਂਡ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਅੱਗੇ ਹੋਰ ਸਾਨੂੰ ਫਰਦਰ ਇਹਦੇ ਵਿੱਚੋਂ ਕੋਈ ਲੀਡ ਮਿਲੂਗੀ, ਉਹਦੇ ਮੁਤਾਬਕ ਜਿਹੜੀ ਅਸੀਂ ਅਗਲੀ ਤਫਤੀਸ਼ ਜਿਹੜੀ ਅਮਲ ਵਿੱਚ ਲਿਆਵਾਂਗੇ। ਦੇਖੋ ਜੀ ਇਹ ਅਸੀਂ ਅਜੇ ਇਹਦੇ ਬਾਰੇ ਤਫਤੀਸ਼ ਕਰ ਰਹੇ ਹਾਂ, ਇਹਨਾਂ ਨੇ ਕਿੱਥੋਂ ਲਿਆ ਕੇ ਅਤੇ ਇਹ ਕਿੱਥੇ ਅੱਗੇ ਅੱਗੇ ਕਿੱਥੇ ਸਪਲਾਈ ਕਰਨੀ ਅਸੀਂ, ਉਹ ਅਸੀਂ ਜਿਹੜੀ ਉਹਦੀ ਬੜੇ ਡੂੰਘਾਈ ਦੇ ਵਿੱਚ ਜਾਂਚ ਪੜਤਾਲ ਕਰ ਰਹੇ ਹਾਂ। ਇਹ ਜੀ ਇੱਕ ਜਿਹੜਾ ਦੋਸ਼ੀ ਰਵੀ ਕੁਮਾਰ ਹੈ ਇਹ ਕਰੀਬ 37 ਸਾਲ ਦੀ ਉਮਰ ਹੈਗੀ ਹੈ, ਅਤੇ ਜਿਹੜਾ ਕਮਲੇਸ਼ ਕੁਮਾਰ ਹੈ ਇਹਨਾਂ ਦੀ ਜਿਹੜੀ 50 ਸਾਲ ਦੀ ਜਿਹੜੀ ਉਮਰ ਹੈਗੀ ਹੈ, ਅਤੇ ਵੈਸੇ ਘਰੇਲੂ ਕੰਮਕਾਰੀ ਕਰਦੇ ਨੇ ਦੋਵੇਂ ਦੋਸ਼ੀ। ਇਹ ਜੀ ਜਿਹੜੇ ਦੋਵੇਂ ਵਿਅਕਤੀ ਨੇ ਬਠਿੰਡਾ ਦੇ ਬੰਗੀ ਨਗਰ ਦਾ ਰਹਿਣ ਵਾਲਾ, ਇੱਕ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਹੈ ਲੋਕਲ ਬਠਿੰਡਾ ਦੇ ਰਹਿਣ ਵਾਲੇ ਨੇ ਦੋਵੇਂ ਵਿਅਕਤੀ ਜਿਹੜੇ।